ਹਾਂਜੀ ਸਾਰੇ ਜਣੇ ਕਿਵੇਂ ਹੋ? ਉਮੀਦ ਕਰਦਾ ਕਿ ਸਾਰੇ ਵਧੀਆ ਹੋਵੋਗੇ। ਅਤੇ ਆਪਾਂ ਪਿੱਛੇ ਜੇ ਵੀਡੀਓ ਪਾਈ ਸੀਗੀ ਕਿ BS6 ਬੁਲਟ ਪਟਾਕਾ ਕਿਵੇਂ ਮਾਰਦਾ ਵਾ, ਅਤੇ ਆਪਾਂ ਅੱਜ ਦੱਸਾਂਗੇ ਕਿ ਸਾਡੇ ਕਈ ਜਣੇ ਕਮੈਂਟ ਆਏ ਸੀਗੇ ਕਿ ਸਾਡੇ ਕਾਰਪੇਟਰ ਲੱਗਿਆ ਵਾ ਕਿ ਪਟਾਕਾ ਤਾਂ ਮਾਰਦਾ ਵਾ, ਅਤੇ ਅੱਜ ਤੁਹਾਨੂੰ ਦਿਖਾਉਂਦੇ ਹਾਂ ਕਿ ਸਾਡੇ BS6 ਦੇ ਨਹੀਂ ਲੱਗਿਆ। ਆ ਦੇਖੋ ਬਿਨਾਂ ਕਾਰਪੇਟਰ ਤੋਂ, ਕਾਰਪੇਟਰ ਇੱਥੇ ਹੁੰਦਾ ਗਾ, ਇੱਧਰਲੀ ਸਾਈਡ ਹੁੰਦਾ ਹੈ ਨਾ, ਇੱਧਰਲੀ ਸਾਈਡ ਹੁੰਦਾ ਕਾਰਪੇਟਰ, ਤਾਂ ਸਾਡੇ ਕਾਰਪੇਟਰ ਨਹੀਂ ਲੱਗਿਆ ਹੈਗਾ। ਅਤੇ ਇੱਕ ਤੁਹਾਨੂੰ ਗੱਲ ਹੋਰ ਦੱਸਣਾ ਕਿ BS6 ਦੀ ਜਿਹੜੀ ਆਵਾਜ਼ ਆ ਅਸੀਂ ਸਲੋਅ ਕਰਾਈ ਆ, ਅਤੇ ਮਤਲਬ ਕਿੰਨੇ ਦੀ ਕਰਾਈ ਆ ਅਤੇ ਕਿੱਥੋਂ ਕਰਾਈ ਆ ਉਹ ਆਪਾਂ ਅਗਲੀ ਵੀਡੀਓ 'ਚ ਦੱਸਾਂਗੇ, ਜੇ ਕਮੈਂਟ ਥੱਲੇ ਆ ਗਿਆ ਦੱਸ ਦਾਂਗੇ, ਨਹੀਂ ਫਿਰ ਵਲੌਗ ਤਾਂ ਬਣਾਉਣਾ ਹੀ ਆ। ਅਤੇ ਅੱਜ ਤੁਹਾਨੂੰ ਦੱਸਦੇ ਹਾਂ ਕਿ ਪਟਾਕਾ ਕਿਵੇਂ ਮਾਰਦਾ ਇਹ, ਪਰ ਦੱਸਿਆ ਤਾਂ ਹੈਗਾ ਫਤ ਕਿਵੇਂ ਪਟਾਕਾ ਮਾਰਦਾ ਵਾ ਕਾ ਉਹ। ਹੁਣ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਕਿ ਇੱਥੇ ਹੈ ਨਹੀਂ ਕਾਰਪੋਰੇਟਰ, ਤੁਹਾਨੂੰ ਪਟਾਕਾ ਮਾਰਾ ਕੇ ਦਿਖਾਵਾਂਗੇ ਕਿ ਸਪਾਰਕ ਪਲੱਗ ਨਾਲ ਪਟਾਕਾ ਮਾਰਦਾ ਹੈ ਉਹਦੇ ਲਈ। ਹਾਂਜੀ, ਪਰ BS6 ਐਵੇਂ ਹੀ ਹੈਗਾ ਕਿ ਉਹ ਲਿਆਂਦਾ ਪਟਾਕਾ ਮਾਰਤਾ ਤੁਹਾਨੂੰ, ਇੱਕ ਤਾਂ ਆਹ ਜਿਹੜਾ ਬਿੰਡ ਆ ਆਹ ਪਾਉਣਾ ਪੈਣਾ, ਅਤੇ ਇੱਕ ਆਹ ਸਲੰਸਰ ਪਾਉਣਾ ਪੈਣਾ, ਤਾਂ ਕਰਕੇ ਪਟਾਕਾ ਮਾਰੂਗਾ ਬੁਲਟ। ਨਹੀਂ ਮਾਰਦਾ ਹੈਗਾ। ਅਤੇ ਮਿਲਦੇ ਹਾਂ ਫਿਰ ਬਲੌਗ। ਨੁਕਸਾਨ ਬਹੁਤ ਆ, ਅਤੇ ਵਾਲੇ ਪਟਾਕੇ ਮਰਾਂਗੇ ਸਪਾਰਕ ਪਲੱਗ ਵੀ ਚੜੂਗਾ, ਅਤੇ ਸਪਾਰਕ ਪਲੱਗ ਦੇ 250 ਦਾ ਆ ਜਾਂਦਾ, ਪਰ ਜਿਹੜਾ ਇਹਦੇ ਵਿੱਚ ਈ ਐੱਫ ਆਈ ਜਿਹੜਾ ਹੁੰਦਾ ਵਾ ਉਹ ਡੈਮੇਜ ਹੋ ਜਾਂਦਾ।
ਅਸੀਂ ਤੇ ਤੁਸੀਂ ਦੇਖ ਲਿਆ ਬੁਲਟ ਕਿਵੇਂ ਪਟਾਕੇ ਮਾਰਦਾ ਵਾ, ਅਤੇ ਇਹਦੇ ਕਾਰਪੇਟਰ ਨਹੀਂ ਲੱਗਿਆ ਹੈਗਾ ਕਿ BR6 ਬੁਲਟ ਆ ਨਾ, ਤਾਂ ਕਰਕੇ 2022 ਮਾਡਲ ਆ, ਅਤੇ ਇਹਦੇ ਕਾਰਪੇਟਰ ਨਹੀਂ ਲੱਗਿਆ ਹੈਗਾ, ਤਾਂ ਕਰਕੇ ਉਹ ਸਪਾਰਕ ਪਲੱਗ ਨਾਲ ਪਟਾਕੇ ਮਰਾਉਂਦੇ ਹਾਂ ਇਹਦੇ। ਪਰ ਬਾਹਲੇ ਪਟਾਕੇ ਨਾ ਮਰਾਇਆ ਕਰੋ, ਕਿਉਂਕਿ ਨੁਕਸਾਨ ਹੈ ਇਹਦਾ ਸਪਾਰਕ ਪਲੱਗ ਦਾ ਜੇ ਝੜ ਜੇ, ਅਤੇ ਜਿਹੜਾ EFI ਹੁੰਦਾ ਸਿਸਟਮ ਵਿੱਚ ਇਹਦੇ ਉਹ ਝੜ ਜਾਂਦਾ ਵਾ, ਫਿਰ ਤੁਹਾਨੂੰ ਜਿਹੜੀ ਸਰਵਿਸ ਕਰਾਉਂਦੇ ਹੋ ਤੁਸੀਂ ਉਹਦੇ ਕਰਕੇ ਦਿੱਕਤ ਆ ਸਕਦੀ ਆ। ਮਤਲਬ ਜਿਹੜੇ 3 ਮਾਡਲ ਨੇਗੇ ਅਤੇ BR6 ਆ, ਇਹਨਾਂ ਬਾਹਲੇ ਨਾ ਪਟਾਕੇ ਮਰਾਉਣੇ ਚਾਹੀਦੇ, ਕਿਉਂਕਿ ਇੰਜਣ ਵੀ ਹੋ ਜਾਂਦਾ ਵਾ, ਤਾਂ ਕਰਕੇ ਮਤਲਬ ਨੁਕਸਾਨ ਹੀ ਆ ਸਾਰਾ ਇਹਦਾ। ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਮਿਲਦੇ ਹਾਂ ਨੈਕਸਟ ਵੀਡੀਓ 'ਚ।